ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਨਾਮ ਸਿੰਘ ਕੈਂਥ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਆਧੁਨਿਕ ਪੰਜਾਬੀ ਕਾਵਿ ਦੇ ਇੱਕ ਪ੍ਰਮੁੱਖ ਕਵੀ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੇ ਸੰਬੰਧ ਵਿੱਚ। ਆਪਾਂ ਬਹੁਤੀ ਗੱਲ ਨਾ ਕਰਦੇ ਹੋਏ ਲੈਕਚਰ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਲਈ ਕੁਝ ਸਤਰਾਂ ਗੁਣਗੁਣਾਉਂਗਾ। ਉਮੀਦ ਹੈ ਤੁਸੀਂ ਪਹਿਚਾਨੋਗੇ ਅਸੀਂ ਆਪਾਂ ਕਿਸ ਕਵੀ ਬਾਰੇ ਅੱਜ ਕਰਨ ਜਾ ਰਹੇ ਹਾਂ। ਮੈਂ ਕਿਸ ਪਾਸੇ ਵੱਲ ਜਾਵਾਂ, ਇੱਕ ਪਾਸੇ ਚਾਨਣ ਰੱਬ ਦਾ ਮਰ ਮਰ ਕੇ ਜੋ ਲੱਭਦਾ, ਰਹਿਮਤ ਦੀਆਂ ਠੰਡੀਆਂ ਛਾਵਾਂ, ਮੈਂ ਕਿਸ ਪਾਸੇ ਵੱਲ ਜਾਵਾਂ। ਉਮੀਦ ਹੈ ਸਮਝ ਗਏ ਹੋਵੋਗੇ। ਜੇ ਨਹੀਂ ਸਮਝੇ ਤਾਂ ਜਿਹੜੇ ਹਾਲੇ ਤੱਕ ਨਹੀਂ ਸਮਝੇ ਉਹਨਾਂ ਵਾਸਤੇ ਮੈਂ ਇੱਕ ਤੁਕਾਂ ਹੋਰ ਇਹਨਾਂ ਦੀਆਂ ਤੁਹਾਨੂੰ ਸੁਣਾਉਣ ਜਾ ਰਿਹਾ। ਟੁੱਟ ਜਾਵਣ ਕੈਦਾਂ ਹੱਦਬੰਦੀਆਂ, ਵੰਡ ਰਹੇ ਨਾ ਕਾਣੀ। ਟੁੱਟ ਜਾਵਣ ਕੈਦਾਂ ਹੱਦਬੰਦੀਆਂ, ਵੰਡ ਰਹੇ ਨਾ ਕਾਣੀ। ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ, ਹਰ ਇੱਕ ਤੀਵੀਂ ਰਾਣੀ। ਜੀ ਹਾਂ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪ੍ਰੀਤਮ ਸਿੰਘ ਸਫੀਰ ਦੀ ਜੀ। ਦੂਜੇ ਦੌਰ ਦੇ ਇੱਕ ਮਹੱਤਵਪੂਰਨ ਕਵੀ ਪ੍ਰੀਤਮ ਸਿੰਘ ਸਫੀਰ। ਭਾਈ ਵੀਰ ਸਿੰਘ ਦਾ ਜਦੋਂ ਆਪਾਂ ਆਗਾਜ਼ ਕੀਤਾ ਸੀ, ਭਾਵ ਜਦੋਂ ਆਧੁਨਿਕ ਪੰਜਾਬੀ ਕਾਵਿ ਦੀ ਸ਼ੁਰੂਆਤ ਕੀਤੀ ਸੀ, ਤਾਂ ਉਦੋਂ ਆਪਾਂ ਨਵਰਹੱਸਵਾਦ ਦੀ ਗੱਲ ਕੀਤੀ ਸੀ। ਅਤੇ ਤੁਹਾਨੂੰ ਉਸ ਲੈਕਚਰ ਵਿੱਚ ਮੈਨੇ ਦੱਸਿਆ ਵੀ ਸੀ ਕਿ ਨਵਰਹੱਸਵਾਦੀ ਭਾਵੇਂ ਭਾਈ ਵੀਰ ਸਿੰਘ ਜੀ ਨੇ, ਪਰ ਜਿਹੜਾ ਅਸਲ ਦੇ ਵਿੱਚ ਨਵਰਹੱਸਵਾਦ ਦਾ ਧਰੂ ਤਾਰਾ ਕਹਿਲਾਉਣ ਦਾ ਅਸਲ ਹੱਕਦਾਰ ਹੋਇਆ ਉਹ ਪ੍ਰੀਤਮ ਸਿੰਘ ਸਫੀਰ ਹੋਇਆ। ਮੇਰੀ ਇਸ ਗੱਲ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਪ੍ਰੀਤਮ ਸਿੰਘ ਸਫੀਰ ਜਿਹੜੇ ਹੋਏ ਨੇ ਉਹਨਾਂ ਨੇ ਪ੍ਰਮੁੱਖ ਤੌਰ 'ਤੇ ਨਵਰਹੱਸਵਾਦੀ ਪ੍ਰਵਿਰਤੀ ਨੂੰ ਅਪਣਾਇਆ। ਬੇਸ਼ੱਕ ਇਹਨਾਂ ਨੇ ਨਵਰਹੱਸਵਾਦੀ ਪ੍ਰਵਿਰਤੀ ਨੂੰ ਅਪਣਾਇਆ, ਪਰ ਇਹਨਾਂ ਦੀ ਰਚਨਾ ਦੇ ਵਿੱਚ, ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਪ੍ਰਗਤੀਵਾਦੀ ਧਾਰਾ ਦੇ ਅੰਸ਼ ਵੀ ਮਿਲਦੇ ਨੇ ਜੀ। ਨਵਰਹੱਸਵਾਦ ਦੀ ਗੱਲ ਕਰੀਏ ਤਾਂ ਇੱਥੇ ਆਪਾਂ ਜ਼ਿਕਰ ਕਰਾਂਗੇ ਬੋਧਿਕ ਰਹੱਸਵਾਦ ਦੀ। ਤਾਂ ਇਹਨਾਂ ਦੀ ਰਚਨਾਵਾਂ ਦੇ ਵਿੱਚ ਬੋਧਿਕ ਰਹੱਸਵਾਦ ਦਾ ਰਲਾਅ ਹੈ, ਜਿੱਥੇ ਕਵਿਤਾਵਾਂ ਦੇ ਵਿੱਚ ਵਲਵਲਾ ਤਾਂ ਹੈਗਾ ਹੀ ਹੈ, ਪਰ ਬੋਧਿਕ ਰਹੱਸਵਾਦ ਵੀ ਇਹਨਾਂ ਦੀ ਕਵਿਤਾਵਾਂ ਦੇ ਵਿੱਚ ਝਲਕਦਾ ਹੈ। ਇਸ ਲਈ ਖਾਸ ਤੌਰ 'ਤੇ ਆਪਾਂ ਇਹਨਾਂ ਨੂੰ ਦੋ ਪ੍ਰਵਿਰਤੀਆਂ ਅਧੀਨ ਵੇਖ ਸਕਦੇ ਹਾਂ, ਕਿਉਂਕਿ ਇਹਨਾਂ ਦੀ ਮੈਂ ਹੁਣੇ 17 ਤੁਹਾਡੇ ਅੱਗੇ ਗੁਣਗੁਣਾ ਕੇ ਹਟਿਆ। ਮੈਂ ਕਿਸ ਪਾਸੇ ਵੱਲ ਜਾਵਾਂ, ਇੱਕ ਪਾਸੇ ਚਾਨਣ ਰੱਬ ਦਾ ਮਰ ਮਰ ਕੇ ਜੋ ਲੱਭਦਾ, ਰਹਿਮਤ ਦੀਆਂ ਠੰਡੀਆਂ ਛਾਵਾਂ, ਮੈਂ ਕਿਸ ਪਾਸੇ ਵੱਲ ਜਾਵਾਂ। ਮਤਲਬ ਇਹ ਖੁਦ ਕਨਫਿਊਜ਼ ਨੇ ਕਿ ਕਿਹੜੀ ਧਾਰਾ ਨੂੰ ਅਪਣਾਉਣ, ਇਹ ਕਿਹੜੇ ਪੜਾਅ ਨੂੰ, ਕਿਹੜੇ ਛਿਣ ਨੂੰ ਇਹ ਚੁਣਨ, ਕਿਸੇ ਇੱਕ ਪੜਾਅ ਨੂੰ ਚੁਣਨ ਦੀ ਇਹ ਜ਼ਰੂਰਤ ਨਹੀਂ ਕਰ ਪਾ ਰਹੇ ਹੈਗੇ। ਤਾਂ ਇਹਨਾਂ ਦੀ ਜਿਹੜੀ ਦੁਬਿਧਾ ਹੈ ਇਹ, ਉਹ ਸਾਫ ਇਸ 17 ਤੋਂ ਝਲਕਦੀ ਹੈ ਜਿਹੜੀ ਆਪਾਂ ਉੱਪਰ ਹੁਣੇ ਗੁਣਗੁਣਾਈਆਂ ਨੇ। ਉਸ ਦੁਬਿਧਾ ਕਰਕੇ ਇਹਨਾਂ ਦੀ ਜਿਹੜੀ ਕਵਿਤਾ ਹੈ ਮੁੱਖ ਤੌਰ 'ਤੇ ਦੋ ਪੜਾਵਾਂ ਦੀ ਧਾਰਨੀ ਬਣਦੀ ਹੈ, ਦੋ ਪ੍ਰਵਿਰਤੀਆਂ ਦੀ ਧਾਰਨੀ ਬਣਦੀ ਹੈ, ਪਰ ਪ੍ਰਮੁੱਖ ਤੌਰ 'ਤੇ ਇਹਨਾਂ ਦੀ ਜਿਹੜੀ ਕਵਿਤਾ ਹੈ ਉਹ ਨਵਰਹੱਸਵਾਦੀ ਹੀ ਗਿਣੀ ਜਾਂਦੀ ਹੈ। ਪਰ ਪ੍ਰਗਤੀਵਾਦੀ ਲਹਿਰ ਦਾ ਸੰਪਰਕ ਦੇ ਵਿੱਚ ਵੀ ਇਹ ਆਏ ਨੇ, ਜਿਸ ਸਦਕਾ ਇਹਨਾਂ ਨੇ ਮਾਨਵਵਾਦ ਦੀ ਗੱਲ ਕੀਤੀ ਹੈ। ਤਰਕਸ਼ੀਲ ਸੂਝਵਾਨ ਹੋਣ ਕਰਕੇ ਇਹਨਾਂ ਨੂੰ ਬੋਧਿਕ ਰਹੱਸਵਾਦੀ ਕਵੀ ਤੌਰ 'ਤੇ ਜਾਣਿਆ ਵੀ ਜਾਂਦਾ ਹੈ। ਰਾਜਨੀਤਿਕ ਵਿਸ਼ਿਆਂ ਨੂੰ ਵੀ ਛੂਹਿਆ ਹੈ, ਕਿਉਂਕਿ ਪ੍ਰਗਤੀਵਾਦੀ ਲਹਿਰ ਦੇ ਸੰਪਰਕ ਵਿੱਚ ਆਏ ਇਸ ਕਰਕੇ। ਸਮਾਜਿਕ ਆਰਥਿਕ ਵਿਸ਼ਿਆਂ ਨੂੰ ਵੀ ਛੂਹਿਆ ਇਹਨਾਂ ਨੇ ਆਪਣੀ ਰਚਨਾਵਾਂ ਦੇ ਵਿੱਚ, ਉਹਦਾ ਕਾਰਨ ਵੀ ਇਹੀ ਰਿਹਾ ਕਿ ਪ੍ਰਗਤੀਵਾਦੀ ਲਹਿਰ ਦੇ ਸੰਪਰਕ ਵਿੱਚ ਆਏ। ਮਤਲਬ
ਇਹਨਾਂ ਗੱਲਾਂ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਇਹ ਕਿਸੇ ਇੱਕ ਪੜਾਅ ਨੂੰ ਚੁਣਨ ਦੀ ਜ਼ਰੂਰਤ ਨਹੀਂ ਕਰ ਪਾਏ ਹੈਗੇ। ਖੁਦ ਸ਼ੰਕਾ ਵਿੱਚ ਫਸਦੇ ਨੇ, ਇਸ ਕਰਕੇ ਇਹ ਨਵਰਹੱਸਵਾਦ ਦੇ ਨਾਲ ਨਾਲ ਪ੍ਰਗਤੀਵਾਦੀ ਪ੍ਰਵਿਰਤੀ ਦੇ ਧਾਰਨੀ ਵੀ ਹਨ। ਪਰ ਜੇ ਤੁਹਾਨੂੰ ਦੋਨਾਂ ਆਪਸ਼ਨ ਪੇਪਰ 'ਚ ਆਉਂਦੇ ਨੇ ਤਾਂ ਤੁਸੀਂ ਨਵਰਹੱਸਵਾਦੀ ਜਾਂ ਨਵ ਅਧਿਆਤਮਵਾਦੀ ਦੇ ਤੌਰ 'ਤੇ ਇਹਨਾਂ ਨੂੰ ਚੁਣੋਗੇ। ਪ੍ਰਵਿਰਤੀ ਜਾਂ ਵਿਚਾਰਧਾਰਾ ਜਾਂ ਇਹਨਾਂ ਦੇ ਪੜਾਅ ਦੀ ਗੱਲ ਕਰਨ ਤੋਂ ਬਾਅਦ, ਇਹਨਾਂ ਦੀ ਰਚਨਾਵਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦੀ ਕੁਝ ਜੀਵਨੀ ਉੱਤੇ ਜ਼ਰੂਰ ਝਾਤ ਪਾਵਾਂਗੇ, ਜਿਵੇਂ ਕਿ ਆਪਾਂ ਹਰ ਲੈਕਚਰ ਦੇ ਦੌਰਾਨ ਕਰਦੇ ਹਾਂ। ਪ੍ਰੀਤਮ ਸਿੰਘ ਸਫੀਰ, ਜਿਨ੍ਹਾਂ ਦਾ ਜਨਮ 14 ਅਪ੍ਰੈਲ 1916 ਈਸਵੀ ਨੂੰ ਹੋਇਆ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਵਿੱਚ ਜਿਹੜਾ ਇਹਨਾਂ ਦਾ ਅੰਕੜਾ ਹੈ ਉਹ 1916 ਹੀ ਹੈ, ਪਰੰਤੂ ਜਿਹੜੀ ਤਾਰੀਖ ਹੈ 14 ਦੀ ਥਾਂ 'ਤੇ 10 ਅਪ੍ਰੈਲ ਮਿਲਦੀ ਹੈ, ਤਾਂ ਤੁਸੀਂ ਇਹ ਵੀ ਧਿਆਨ 'ਚ ਰੱਖ ਕੇ ਚੱਲਣਾ। ਜਨਮ ਕਿੱਥੇ ਹੋਇਆ? ਮਲਕਪੁਰ ਪਿੰਡ ਦੇ ਵਿੱਚ, ਰਾਵਲਪਿੰਡੀ ਜ਼ਿਲ੍ਹੇ ਦੇ ਵਿੱਚ, ਮਾਤਾ ਤੇਜਵੰਤ ਕੌਰ ਅਤੇ ਪਿਤਾ ਮਹਿਤਾਬ ਸਿੰਘ ਦੇ ਗ੍ਰਹਿ ਵਿਖੇ ਹੋਇਆ। ਫਿਰ ਜਨਮ ਤੋਂ ਬਾਅਦ ਜਿਸ ਤਰ੍ਹਾਂ ਹਰ ਇਨਸਾਨ ਦੀ ਪੜ੍ਹਾਈ ਦਾ ਦੌਰ ਆਉਂਦਾ, ਸਫੀਰ ਨੇ ਵੀ ਆਪਣੀ ਪੜ੍ਹਾਈ, ਖਾਸ ਤੌਰ 'ਤੇ ਅਗਰ ਇਹਨਾਂ ਦੀ BA ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਇੱਥੇ, ਤਾਂ ਇਹਨਾਂ ਨੇ BA ਦੀ ਪੜ੍ਹਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਫਿਰ ਇਹਨਾਂ ਨੇ ਕਾਨੂੰਨ ਦੀ ਪੜ੍ਹਾਈ ਲਾ ਕਾਲਜ ਲਾਹੌਰ ਵਿੱਚ ਦਾਖਲ ਹੋ ਕੇ ਕੀਤੀ। ਪਾਕਿਸਤਾਨ ਬਣਨ ਤੋਂ ਪਹਿਲਾਂ ਭਾਵ 1947 ਤੋਂ ਪਹਿਲਾਂ ਇਹ ਲਾਹੌਰ ਵਿੱਚ ਹੀ ਵਕਾਲਤ ਕਰਦੇ ਰਹੇ, ਪਰ ਜਦੋਂ ਵੰਡ ਹੋਈ, 1947 ਦਾ ਬਟਵਾਰਾ ਹੋਇਆ, ਇਹਨਾਂ ਨੇ ਇਹੀ ਪੇਸ਼ਾ ਯਾਨੀ ਕਿ ਵਕਾਲਤ ਦਾ ਪੇਸ਼ਾ ਦਿੱਲੀ ਵਿਖੇ ਵੀ ਇਹ ਇਸ ਪੇਸ਼ੇ ਨੂੰ ਨਿਭਾਉਂਦੇ ਰਹੇ। ਬਾਅਦ ਵਿੱਚ ਕਾਫ਼ੀ ਸਮਾਂ ਵਕਾਲਤ ਕਰਨ ਤੋਂ ਮਗਰੋਂ, ਜਿਵੇਂ ਕਹਿੰਦੇ ਨੇ ਕਿ ਕਿਸੇ ਵਿਅਕਤੀ ਦੀ ਪ੍ਰਮੋਸ਼ਨ ਹੋ ਜਾਂਦੀ ਹੈ, ਤਾਂ ਇਹਨਾਂ ਨੂੰ ਵੀ ਉਸ ਦਿੱਲੀ ਦੇ ਵਿੱਚ ਦਿੱਲੀ ਵਿਖੇ ਦਿੱਲੀ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ, ਅਤੇ ਇਸੇ ਹਾਈ ਕੋਰਟ ਦੇ ਜੱਜ ਦੀ ਪੋਸਟ ਤੋਂ ਹੀ ਇਹ ਸੇਵਾ ਮੁਕਤ ਹੋਏ। ਹੁਣ ਦਿੱਲੀ ਹਾਈ ਕੋਰਟ ਦਾ ਜੱਜ ਇਹ ਕਦੋਂ ਬਣੇ, ਤਾਂ ਉਹ ਤੁਸੀਂ ਯਾਦ ਰੱਖਣਾ ਕਿ ਸੰਨ 1969 ਦੇ ਵਿੱਚ ਇਹ ਦਿੱਲੀ ਹਾਈ ਕੋਰਟ ਦੇ ਜੱਜ ਬਣੇ। ਜਿੱਥੇ ਇਹਨਾਂ ਦੀ ਰਚਨਾਵਾਂ ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ ਹੀ ਕਿ ਇਹਨਾਂ ਦੀ ਰਚਨਾ ਜਿਹੜੀ ਦੀ ਉੱਪਰ ਖਾਸ ਤੌਰ 'ਤੇ ਜਿਹੜੀ ਪ੍ਰਮੁੱਖ ਪ੍ਰਵਿਰਤੀ ਭਾਰੂ ਹੈ ਉਹ ਹੈਗੀ ਹੈ ਨਵਰਹੱਸਵਾਦ, ਨਵ ਅਧਿਆਤਮਵਾਦ। ਪਰ ਉਸ ਤੋਂ ਇਲਾਵਾ ਇਹਨਾਂ ਦੀ ਰਚਨਾਵਾਂ ਦੇ ਉੱਤੇ ਜਾਂ ਰਚਨਾਵਾਂ ਦੇ ਵਿੱਚ ਕੁਝ ਰੋਮਾਂਸਵਾਦੀ ਪ੍ਰਗਤੀਵਾਦੀ, ਜ਼ਿਆਦਾਤਰ ਮੈਂ ਪ੍ਰਗਤੀਵਾਦੀ ਹੀ ਕਹਾਂਗਾ, ਧਾਰਾ ਦੇ ਕੁਝ ਅੰਸ਼ ਇਹਨਾਂ ਦੀ ਰਚਨਾਵਾਂ ਦੇ ਵਿੱਚ ਸਮੋਏ ਹੋਏ ਮਿਲਦੇ ਨੇ। ਬੌਧਿਕ ਰਹੱਸਵਾਦ, ਰਹੱਸਵਾਦ ਦਾ ਇੱਕ ਪੜਾਅ ਜਿੱਥੇ ਤਰਕਸ਼ੀਲਤਾ ਹੁੰਦੀ ਹੈ, ਨਵ ਰਹੱਸਵਾਦ ਜਿੱਥੇ ਲੋਜਿਕ ਦੀ ਗੱਲ ਹੁੰਦੀ ਹੈ, ਉਹ ਸਾਰਾ ਕੁਛ ਇਹਨਾਂ ਦੀ ਕਵਿਤਾਵਾਂ ਦੇ ਵਿੱਚ ਮਿਲਦਾ। ਤਾਂ ਬੌਧਿਕ ਰਹੱਸਵਾਦ ਦਾ ਰਲਾਅ ਵੀ ਇਹਨਾਂ ਦੀ ਰਚਨਾਵਾਂ ਦੇ ਵਿੱਚ ਹੈਗਾ, ਤੁਸੀਂ ਇਹ ਯਾਦ ਰੱਖਣਾ। ਇਸ ਦੀ ਵਿਲੱਖਣਤਾ ਇਸ ਕਵੀ ਦੀ ਇਸੇ ਗੱਲ ਕਰਕੇ ਹੈ ਕਿ ਇਸਨੇ ਗੁਰਬਾਣੀ ਦੀ
ਨਵੀਂ ਬੋਧਿਕ ਰਹੱਸਮਈ ਵਿਆਖਿਆ ਕੀਤੀ ਹੈ ਅਤੇ ਨਾਲ ਦੀ ਨਾਲ ਹੀ ਇਸ ਨੇ ਨਿੱਜੀ ਪਿਆਰ ਨੂੰ ਰਹੱਸਮਈ ਰੰਗ ਵਿੱਚ ਪੇਸ਼ ਕੀਤਾ ਹੈ। ਗੁਰਬਾਣੀ ਦੀ ਵਿਆਖਿਆ ਕਰਨੀ ਬੋਧਿਕ ਰਹੱਸਮਈ ਢੰਗ ਨਾਲ ਇਹ ਇੱਕ ਅਜਿਹਾ ਇਕੱਲਾ ਇਕਲੌਤਾ ਕਵੀ ਹੋਇਆ ਹੈ ਜਿਸਨੇ ਬੋਧਿਕ ਰਹੱਸਮਈ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਹੈ। ਇਹ ਇਹਨਾਂ ਦੀ ਵਿਲੱਖਣਤਾ ਹੈ। ਨਿੱਜੀ ਪਿਆਰ ਨੂੰ ਇਹ ਤਾਂ ਹੀ ਰੋਮਾਂਸਵਾਦੀ ਪ੍ਰਗਤੀਵਾਦੀ ਕਹਿ ਦਿੰਦੇ ਆ ਇਹਨਾਂ ਨੂੰ, ਪਰ ਮੁੱਖ ਤੌਰ ਤੇ ਪ੍ਰਗਤੀਵਾਦੀ ਹੀ ਨੇ। ਤਾਂ ਨਿੱਜੀ ਪਿਆਰ ਨੂੰ ਰਹੱਸਮਈ ਰੰਗ ਵਿੱਚ ਪੇਸ਼ ਕੀਤਾ ਹੈ, ਜਿਸ ਤਰ੍ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਛੰਦ ਮੁਕਤ ਕਵਿਤਾ ਲਿਖਦੇ ਸੀ, ਬਾਅਦ ਵਿੱਚ ਦੂਸਰੇ ਕਵੀ ਦਾ ਜ਼ਿਕਰ ਕੀਤਾ ਸੀ ਆਪਾਂ ਨੇ ਕਿ ਕੌਣ ਛੰਦ ਮੁਕਤ ਕਵਿਤਾ ਲਿਖਦਾ ਹੈ। ਦੀਵਾਨ ਸਿੰਘ ਕਾਲੇ ਪਾਣੀ ਦਾ ਜ਼ਿਕਰ ਕੀਤਾ ਸੀ। ਉਸੇ ਤਰੀਕੇ ਨਾਲ ਇਹਨਾਂ ਦੀ ਜਿਹੜੀ ਕਵਿਤਾ ਹੈ ਉਹ ਵੀ ਛੰਦ ਮੁਕਤ ਹੈ। ਇਹ ਤੁਸੀਂ ਸਪੈਸ਼ਲ ਯਾਦ ਰੱਖਣਾ ਹੈ, ਛੰਦ ਮੁਕਤ ਹੈ, ਜਾਂ ਇੰਜ ਕਹਿ ਲਓ ਕਿ ਇਹਨਾਂ ਨੇ ਵੀ ਸੈਲਾਨੀ ਛੰਦ ਦੀ ਵਰਤੋਂ ਕੀਤੀ। ਇਹਨਾਂ ਦੀ ਰਚਨਾਵਾਂ ਵਿੱਚ ਇੱਕ ਖਾਸ ਨੁਕਤਾ ਹੈ, ਜਦੋਂ ਇਹ ਤੁਕਾਂ ਨੂੰ ਬੋਲਦੇ ਨੇ, ਜਦੋਂ ਆਪਣੀ ਕਵਿਤਾ ਨੂੰ ਗਾਉਂਦੇ ਨੇ, ਤਾਂ ਕੁਝ ਕਹੇ ਗਏ ਨਾਲੋਂ ਕੁਝ ਅਣਕਿਹਾ ਛੱਡ ਦਿੰਦੇ ਨੇ। ਇਹੀ ਇਹਨਾਂ ਦੀ ਬੋਧਿਕਤਾ ਹੈ, ਬੁੱਧੀ ਨੂੰ ਪਰਖਦੇ ਨੇ ਕਿ ਉੱਥੋਂ ਰਚਨਾਵਾਂ ਨੂੰ ਪੜ੍ਹਨ ਵਾਲਾ ਸੁਣਨ ਵਾਲਾ ਆਪ ਸਮਝੂਗਾ ਕਿ ਮੈਂ ਕਿਸ ਦੌਰ ਦੀ ਗੱਲ ਕਰ ਰਿਹਾ, ਮੈਂ ਕਿਸ ਸਮੇਂ ਦੀ ਗੱਲ ਕਰ ਰਿਹਾ, ਮੈਂ ਕਿਸ ਸਮਾਜ ਦੀ ਗੱਲ ਕਰ ਰਿਹਾ, ਜਾਂ ਸਮਾਜ ਵਿੱਚ ਫੈਲੇ ਕਿਸ ਭ੍ਰਿਸ਼ਟਾਚਾਰ ਦੀ ਗੱਲ ਕਰ ਰਿਹਾ, ਜਾਂ ਕਿਸ ਰਾਜਨੀਤੀ ਦੀ ਗੱਲ ਕਰ ਰਿਹਾ, ਮਤਲਬ ਕਿਸ ਪੱਖ ਦੀ ਗੱਲ ਕਰ ਰਿਹਾ। ਇਹ ਕੁਝ ਕਹਿ ਕੇ ਫਿਰ ਆਪਣੀ ਗੱਲ ਨੂੰ ਅਣਕਿਹਾ ਛੱਡ ਦਿੰਦੇ ਨੇ, ਤਾਂ ਕਿ ਆਪਣੀ ਬੋਧਿਕਤਾ ਦੇ ਜ਼ਰੀਏ ਜਿਹੜਾ ਪਾਠਕ ਹੈਗਾ ਉਹ ਖੁਦ ਉਸਦੀ ਪਛਾਣ ਕਰੇ। ਭਾਈ ਵੀਰ ਸਿੰਘ ਵਾਂਗ, ਕਿਉਂਕਿ ਭਾਈ ਵੀਰ ਸਿੰਘ ਵੀ ਰਹੱਸਵਾਦ ਦੇ, ਜਾਂ ਕਹਿ ਲਓ ਕਿ ਨਵ ਰਹੱਸਵਾਦ ਦੇ ਇੱਕ ਵੱਡੇ ਵਿਦਵਾਨ ਸਨ ਜਿਨ੍ਹਾਂ ਨੇ ਉਸ ਪ੍ਰਵਿਰਤੀ ਨੂੰ ਅਪਣਾਇਆ ਸੀ, ਬਿਲਕੁਲ ਉਹਨਾਂ ਵਾਂਗ ਹੀ ਇਹਨਾਂ ਦੀ ਕਵਿਤਾ ਵੀ ਧੁਰ ਦਰਗਾਹ ਦੀ ਚੀਜ਼ ਹੈ ਇੱਕ ਤਰ੍ਹਾਂ ਦੀ। ਧੁਰ ਦਰਗਾਹ ਜਿਹੜੀ ਅਰਸ਼ਾਂ ਦੀ ਗੱਲ ਕਰਦੀ ਹੈ, ਜਿਸ ਤਰ੍ਹਾਂ ਭਾਈ ਵੀਰ ਸਿੰਘ ਦੀ ਕਵਿਤਾ ਆਪਾਂ ਕਹਿੰਦੇ ਹਾਂ ਕਿ ਅਰਸ਼ਾਂ ਦੀ ਗੱਲ ਕਰਦੀ ਹੈ, ਧੁਰ ਦਰਗਾਹ ਦੀ ਚੀਜ਼ ਇਹਨਾਂ ਦੀ ਕਵਿਤਾ ਨੂੰ ਮੰਨਿਆ ਜਾਂਦਾ ਹੈ। ਇਹਨਾਂ ਦੀ ਰਚਨਾ ਵਿੱਚ ਜਿੱਥੇ ਮਿਲਾਪ ਦੀ ਗੱਲ ਹੁੰਦੀ ਹੈ, ਕਿਉਂਕਿ ਨਵ ਰਹੱਸਵਾਦੀ ਨੇ ਤਾਂ ਸਪਸ਼ਟ ਹੈ ਆਤਮਾ ਪਰਮਾਤਮਾ ਦੇ ਮੇਲ ਦੀ ਗੱਲ ਵੀ ਕਰਨਗੇ, ਜਿੱਥੇ ਮਿਲਾਪ ਦੀ ਗੱਲ ਹੈ ਭਾਵ ਸੰਯੋਗ ਦੀ ਗੱਲ ਹੈ, ਉੱਥੇ ਫਿਰ ਵਿਰਾਗ ਦੀ ਗੱਲ ਵੀ ਹੈ, ਵਿਛੋੜੇ ਦੀ ਗੱਲ ਵੀ ਹੈ, ਮਤਲਬ ਵਿਯੋਗ ਦੀ ਗੱਲ ਵੀ ਹੈ। ਖਿਆਲ ਉਡਾਰੀ ਇਹਨਾਂ ਦੀ ਬਹੁਤ ਤਿੱਖੀ ਹੈ, ਬਹੁਤ ਉੱਪਰਲੇ ਮੰਡਲਾਂ 'ਤੇ ਪਹੁੰਚ ਜਾਂਦੀ ਹੈ, ਅਰਸ਼ਾਂ 'ਚ ਪਹੁੰਚ ਜਾਂਦੀ ਹੈ। ਕਲਪਨਾ ਸ਼ਕਤੀ ਬਹੁਤ ਜ਼ਿਆਦਾ ਹੈ ਇਹਨਾਂ ਅੰਦਰ, ਅਤੇ ਉਸ ਨੂੰ ਪ੍ਰਗਟਾਉਣ ਦਾ ਹੁਨਰ, ਤਾਂ ਹੀ ਇਹਨਾਂ ਨੂੰ ਨਵ ਰਹੱਸਵਾਦੀ ਕਿਹਾ ਹੈ ਨਾ, ਕਿਉਂਕਿ ਮੈਂ ਪਹਿਲੇ ਲੈਕਚਰ 'ਚ ਦੱਸ ਚੁੱਕਿਆ ਰਹੱਸਵਾਦ ਅਤੇ ਨਵ ਰਹੱਸ 'ਚ ਕੀ ਅੰਤਰ ਹੈ। ਨਵ ਰਹੱਸਵਾਦੀ ਇਸ ਕਰਕੇ ਕਿਹਾ ਕਿਉਂਕਿ ਇਹਨਾਂ ਦੇ ਵਿਸ਼ੇ ਨੂੰ ਪ੍ਰਗਟਾਉਣ ਦਾ ਜੋ ਹੁਨਰ ਹੈ, ਜੋ ਤਰਕ ਹੈ ਉਹਦੇ ਵਿੱਚ, ਉਹ ਕਿਸੇ ਵਿਲੱਖਣ ਕਵੀ ਜਾਂ ਲੇਖਕ ਵਿੱਚ ਹੁੰਦਾ ਹੈ, ਅਤੇ ਫਿਰ ਉਹ ਰਹੱਸਵਾਦ ਤੋਂ ਨਵ ਰਹੱਸਵਾਦ ਦਾ ਸਫ਼ਰ ਤੈਅ ਕਰ ਲੈਂਦਾ ਹੈ, ਜਿਹਦੇ ਵਿੱਚ ਇਸ ਤਰ੍ਹਾਂ ਦਾ ਹੁਨਰ ਹੁੰਦਾ, ਜਿਹਦੇ ਵਿੱਚ ਇੱਕ ਵੱਖਰੀ ਕਲਪਨਾ ਸ਼ਕਤੀ ਹੁੰਦੀ ਹੈ। ਅਗਰ ਇਹਨਾਂ ਦੇ ਪ੍ਰਗਟਾ ਦਾ ਹੁਨਰ ਆਪਾਂ ਗੱਲ ਕਰ ਰਹੇ ਹਾਂ, ਤਾਂ ਇਹਨਾਂ ਜਿਹੜੀ ਇਹਨਾਂ ਦੀ ਸ਼ਬਦਾਵਲੀ ਹੈ, ਵੈਸੇ ਤਾਂ ਇਹਨਾਂ ਦੇ ਇਲਾਕੇ ਤੋਂ ਹੀ ਸਪਸ਼ਟ ਹੋ ਜਾਂਦਾ, ਰਾਵਲਪਿੰਡੀ ਤੋਂ ਉਸ ਪਾਸੇ ਵੱਲ ਪੋਠੋਹਾਰ ਦਾ ਇਲਾਕਾ ਪੈਂਦਾ, ਤਾਂ ਇਹਨਾਂ ਨੇ ਸ਼ਬਦਾਵਲੀ ਜਿਹੜੀ ਵਰਤੀ ਹੈ, ਜਿਹੜੀ ਭਾਸ਼ਾ ਵਰਤੀ ਹੈ, ਉਹ ਪੋਠੋਹਾਰੀ ਵਰਤੀ ਹੈ। ਇਹ ਤੁਸੀਂ ਯਾਦ ਰੱਖਣਾ। ਜੇਕਰ ਇਹਨਾਂ ਦੇ ਦੇਹਾਂਤ ਦੀ ਗੱਲ ਕਰੀਏ, ਇਹਨਾਂ ਦੀ ਡੈਥ ਦੀ ਗੱਲ ਕਰੀਏ, ਤਾਂ ਕਿਉਂਕਿ ਇਹ ਦੇਸ਼ ਵੰਡ ਤੋਂ ਬਾਅਦ ਦਿੱਲੀ ਆ ਕੇ ਰਹਿਣ ਲੱਗ ਗਏ ਸੀ,
ਦਿੱਲੀ ਵਿਖੇ ਹੀ ਹਾਈ ਕੋਰਟ ਦੇ ਜੱਜ ਵਜੋਂ ਸੇਵਾ ਮੁਕਤ ਹੋਏ ਤਾਂ ਦਿੱਲੀ ਵਿਖੇ ਹੀ ਇਹਨਾਂ ਦਾ ਦਿਹਾਂਤ ਹੋਇਆ। 31 ਮਾਰਚ 1999 ਈਸਵੀ ਨੂੰ ਇਹਨਾਂ ਦਾ ਦਿਹਾਂਤ ਹੋਇਆ। ਦਿਹਾਂਤ ਕਿਉਂ ਹੋਇਆ, ਕਿਸ ਵਜ੍ਹਾ ਕਰਕੇ ਹੋਇਆ? ਉਹ ਵਜ੍ਹਾ ਸੀ ਦਿਲ ਦਾ ਦੌਰਾ, ਯਾਨੀ ਕਿ ਦਿਲ ਦਾ ਦੌਰਾ ਪੈਣ ਕਰਕੇ ਇਹਨਾਂ ਦਾ ਦਿਹਾਂਤ ਹੋਇਆ। ਹੁਣ ਆਪਾਂ ਪ੍ਰੀਤਮ ਸਿੰਘ ਸਫੀਰ ਨੂੰ ਕੁਝ ਮਾਣ ਸਨਮਾਨ ਮਿਲੇ ਨੇ, ਪਹਿਲਾਂ ਉਹਨਾਂ ਦੀ ਗੱਲ ਕਰ ਲੈਂਦੇ ਹਾਂ, ਫਿਰ ਉਹਨਾਂ ਦੀ ਪੁਸਤਕਾਂ ਦੀ ਚਰਚਾ ਕਰ ਲਾਂਗੇ, ਅਤੇ ਫਿਰ ਬਾਅਦ ਵਿੱਚ ਅਖੀਰ ਵਿੱਚ ਉਹਨਾਂ ਦੀਆਂ ਪੁਸਤਕਾਂ ਅੰਦਰ ਮੌਜੂਦ ਕਵਿਤਾਵਾਂ ਜਾਂ ਪ੍ਰਮੁੱਖ ਸਤਰਾਂ ਦੀ ਗੱਲ ਕਰ ਲਾਂਗੇ। ਤਾਂ ਸਨਮਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ ਅਵਾਰਡ ਇਹਨਾਂ ਨੂੰ 1966 ਈਸਵੀ ਵਿੱਚ ਮਿਲਿਆ। ਪੰਜਾਬੀ ਸਾਹਿਤ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੰਨ 1981 ਈਸਵੀ ਦੇ ਦੌਰਾਨ। ਸਾਹਿਤ ਕਲਾ ਕੇਂਦਰ ਦਿੱਲੀ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਿਹੜੇ ਬੰਦੇ ਨੂੰ ਇੰਨੇ ਸਨਮਾਨ ਮਿਲ ਰਹੇ ਨੇ ਤਾਂ ਸਪਸ਼ਟ ਹੈ ਇੱਕ ਅਹਿਮ ਪੁਰਸਕਾਰ ਜੋ ਸਾਹਿਤਕ ਖੇਤਰ ਵਿੱਚ ਮਿਲਦਾ ਹੈ, ਸਾਹਿਤ ਅਕਾਦਮੀ ਅਵਾਰਡ ਵੀ ਇਹਨਾਂ ਨੂੰ ਮਿਲਿਆ ਸੰਨ 1983 ਈਸਵੀ ਵਿੱਚ। ਇਹਨਾਂ ਦੀ ਇੱਕ ਖਾਸ ਕਿਰਤ ਜਾਂ ਖਾਸ ਪੁਸਤਕ ਅਣਕ ਵਿਸਥਾਰ ਲਈ, ਇਹ ਪੁਸਤਕ ਦਾ ਨਾਮ ਹੈ ਅਣਕ ਵਿਸਥਾਰ ਲਈ, ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ 1983 ਈਸਵੀ ਵਿੱਚ ਮਿਲਿਆ। ਇਸ ਤੋਂ ਇਲਾਵਾ ਕੈਨੇਡਾ ਵਰਗੀ ਕੰਟਰੀ ਨੇ, ਕੈਨੇਡਾ ਵਰਗੇ ਦੇਸ਼ ਨੇ ਵੀ ਇਹਨਾਂ ਨੂੰ ਸਨਮਾਨ ਕੀਤਾ। ਉੱਥੋਂ ਦੇ ਸਾਹਿਤ ਵਿਚਾਰ ਜਿਹੜਾ ਮੰਚ ਬਣਿਆ ਹੋਇਆ ਹੈ, 1987 ਵਿੱਚ ਉਹਨਾਂ ਨੇ ਇਹਨਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਜਿਸ ਤਰ੍ਹਾਂ ਦਿੱਲੀ ਹੈ ਉਸ ਤਰ੍ਹਾਂ ਲੁਧਿਆਣੇ ਦੀ ਵੀ ਹੈਗੀ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਵੀ ਇਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੰਨ 1988 ਦੇ ਦੌਰਾਨ। ਅਸ਼ਾਨ ਮੈਮੋਰੀਅਲ ਨੈਸ਼ਨਲ ਅਵਾਰਡ ਤ੍ਰਿਵੇਂਦਰਮ ਇਹ ਇਹਨਾਂ ਨੂੰ ਮਿਲਿਆ 1988 ਦੇ ਵਿੱਚ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਵੀ ਇਹਨਾਂ ਨੂੰ 1991 ਵਿੱਚ ਸਨਮਾਨਿਤ ਕੀਤਾ ਗਿਆ। ਇਹ ਇਹਨਾਂ ਨੂੰ ਕੁਝ ਪ੍ਰਮੁੱਖ ਮਾਣ ਸਨਮਾਨ ਮਿਲੇ, ਜਿਨ੍ਹਾਂ ਵਿੱਚੋਂ ਸਾਹਿਤ ਅਕਾਦਮੀ ਦਿੱਲੀ ਦਾ ਅਵਾਰਡ ਖਾਸ ਹੈ, ਅਣਕ ਵਿਸਥਾਰ ਲਈ ਪੁਸਤਕ ਨੂੰ ਮਿਲਿਆ 1983 ਵਿੱਚ। ਇਹ ਤੁਸੀਂ ਖਾਸ ਤੌਰ 'ਤੇ ਯਾਦ ਰੱਖਣਾ ਹੈ, ਪੇਪਰ ਦੇ ਪੁਆਇੰਟ ਆਫ ਵਿਊ ਤੁਸੀਂ ਇਹਨੂੰ ਪੱਕਾ ਯਾਦ ਰੱਖਣਾ ਹੈ। ਪੇਪਰ ਵਿੱਚ ਸਾਹਿਤ ਅਕਾਦਮੀ ਅਵਾਰਡ ਪੁੱਛ ਲਿਆ ਜਾਂਦਾ। ਪ੍ਰੀਤਮ ਸਿੰਘ ਸਫੀਰ ਦੀਆਂ ਹੁਣ ਅਗਰ ਆਪਾਂ ਰਚਨਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਪੁਸਤਕ ਮਿਲਦੀ ਹੈ, ਯਾਨੀ ਕਿ ਇਹਨਾਂ ਦਾ ਪ੍ਰਥਮ ਜਿਹੜਾ ਕਾਵਿ ਸੰਗ੍ਰਹਿ ਹੈਗਾ ਉਸਦਾ ਨਾਮ ਹੈਗਾ ਕੱਤਕ ਕੁੰਜਾਂ। ਕੱਤਕ ਕੁੰਜਾਂ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਜੋ ਕਿ 1941 ਵਿੱਚ ਪ੍ਰਕਾਸ਼ਿਤ ਹੋਇਆ। ਫਿਰ ਇਸ ਤੋਂ ਮਗਰੋਂ ਇਹਨਾਂ ਨੇ ਬਹੁਤ ਪੁਸਤਕਾਂ ਲਿਖੀਆਂ ਜਿਨ੍ਹਾਂ ਦਾ ਮੈਂ ਕ੍ਰਮਵਾਰ ਨਾਮ ਲਵਾਂਗਾ ਅਤੇ ਨਾਲ ਉਹਨਾਂ ਦਾ ਪ੍ਰਕਾਸ਼ਨ ਈਅਰ ਤੁਹਾਨੂੰ ਦੱਸਾਂਗਾ। ਦੂਸਰੀ ਪੁਸਤਕ ਜਿਹੜੀ ਇਹਨਾਂ ਦੀ ਆਈ ਪਾਪ ਦੇ ਸੋਹਲੇ 1943 ਵਿੱਚ, ਰਕਤ ਬੁੰਦਾਂ 1946 ਵਿੱਚ, ਰਾਗ ਰਿਸ਼ਮਾ 1946 ਵਿੱਚ, ਆਦ ਜੁਗਾਦ 1958 ਵਿੱਚ, ਗੁਰੂ ਗੋਬਿੰਦ 1966 ਵਿੱਚ, ਸਰਬ ਕਲਾ 1966 ਦੇ ਵਿੱਚ, ਅਪਾਰ ਅਨੂਪ 1969 ਵਿੱਚ, ਅਣਕ ਵਿਸਥਾਰ 1980 ਵਿੱਚ, ਅਗਮ ਅਗੋਚਰ 1981 ਵਿੱਚ, ਸੰਯੋਗ ਵਿਯੋਗ 1982 ਵਿੱਚ। ਇਹ ਇਹਨਾਂ ਦੇ ਕੁਝ ਪ੍ਰਮੁੱਖ ਪੁਸਤਕਾਂ ਨੇ। ਇੱਕ ਪੁਸਤਕ ਇਹਨਾਂ ਦੀ ਹੋਰ ਮਿਲਦੀ ਹੈ ਜਿਹਦਾ ਨਾਮ ਹੈਗਾ ਸਰਬ ਨਿਰੰਤਰ, ਜੋ ਕਿ 1987 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਇਹਦੇ ਵਿੱਚ ਇਹਨਾਂ ਦੇ ਸਮੁੱਚਾ ਕਾਵਿ ਸੰਗ੍ਰਹਿ ਹੈ ਇਹਨਾਂ ਦਾ, ਭਾਵ ਸਾਰੀਆਂ ਸੰਗ੍ਰਹਿਾਂ ਨੂੰ, ਸਾਰੀ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਇਸ ਕਾਵਿ ਸੰਗ੍ਰਹਿ ਦੇ ਵਿੱਚ। ਤਾਂ ਇਹਨਾਂ ਦਾ ਸਮੁੱਚਾ ਕਾਵਿ ਸੰਗ੍ਰਹਿ ਹੈ ਸਰਬ ਨਿਰੰਤਰ, ਜੋ 1987 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਅਤੇ ਅਖੀਰ ਵਿੱਚ ਇਹਨਾਂ ਦੀ
ਆਖਰੀ ਪੁਸਤਕ ਮਿਲਦੀ ਹੈ ਆਪੇ ਬਹੁਰੰਗੀ। ਆਪੇ ਬਹੁਰੰਗੀ ਨਾਮ ਦੀ ਆਖਰੀ ਪੁਸਤਕ ਹੈ ਜੀ ਇਹਨਾਂ ਦੀ, ਜੋ ਕਿ 1998 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਪੁਸਤਕਾਂ ਦਾ ਜ਼ਿਕਰ ਕਰਨ ਤੋਂ ਬਾਅਦ ਆਪਾਂ ਹੁਣ ਕੁਝ ਇਹਨਾਂ ਦੀ ਰਚਨਾਵਾਂ ਬਾਰੇ, ਉਹਨਾਂ ਦੇ ਵਿਸ਼ਿਆਂ ਬਾਰੇ ਜ਼ਿਕਰ ਕਰ ਲੈਂਦੇ ਹਾਂ, ਜੋ ਕਿ ਕਾਫੀ ਮਹੱਤਵਪੂਰਨ ਹੈ। ਅਗਰ ਪੇਪਰ ਦਾ ਪੱਧਰ ਥੋੜ੍ਹਾ ਉੱਚਾ ਆਉਂਦਾ ਹੈ ਤਾਂ ਡੂੰਘਾਈ 'ਚ ਪੁੱਛਿਆ ਜਾਂਦਾ ਹੁੰਦਾ, ਤਾਂ ਉੱਥੇ ਫਿਰ ਉਹ ਵਿਦਿਆਰਥੀ ਕਾਮਯਾਬ ਹੁੰਦੇ ਨੇ ਜਿਹੜੇ MCQ ਕਿਤਾਬਾਂ ਨਾਲੋਂ ਵਿਸਥਾਰਪੂਰਵਕ ਕਿਤਾਬਾਂ ਨੂੰ ਪੜ੍ਹਨ ਦਾ ਸ਼ੌਂਕ ਰੱਖਦੇ ਨੇ। ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਹ ਦੁਬਿਧਾ ਵਿੱਚ ਫਸੇ ਰਹੇ ਨੇ, ਮੈਂ ਕਿਸ ਪਾਸੇ ਵੱਲ ਜਾਵਾਂ, ਇੱਕ ਪਾਸੇ ਚਾਨਣ ਰੱਬ ਦਾ ਮਰ ਮਰ ਕੇ ਜੋ ਲੱਭਦਾ, ਰਹਿਮਤ ਦੀਆਂ ਠੰਡੀਆਂ ਛਾਵਾਂ, ਮੈਂ ਕਿਸ ਪਾਸੇ ਵੱਲ ਜਾਵਾਂ। ਮਤਲਬ ਇਹਨਾਂ ਕੋਲ ਦੋ ਰਸਤੇ ਸੀ, ਦੋ ਪੜਾਅ ਸੀ, ਦੋ ਪ੍ਰਵਿਰਤੀਆਂ ਵਿੱਚੋਂ ਇੱਕ ਨੂੰ ਚੋਣ ਕਰਨ ਦੀ ਇਹਨਾਂ ਕੋਲ, ਤੁਸੀਂ ਐਂ ਲਗਾ ਲਓ ਕਿ ਇੱਕ ਚੁਆਇਸ ਸੀ, ਪਰ ਇਹ ਉਸਦੀ ਚੋਣ ਨਹੀਂ ਕਰ ਪਾਏ। ਇਸੇ ਕਰਕੇ ਇਹਨਾਂ ਦੀ ਰਚਨਾਵਾਂ ਦੇ ਵਿੱਚ ਦੋਨੋਂ ਪੱਖ ਰੂਪਮਾਨ ਹੁੰਦੇ ਨੇ, ਨਿਰੋਲ ਰਹੱਸਵਾਦ ਦਾ ਭਾਵ, ਨਵ ਰਹੱਸਵਾਦ ਜਾਂ ਨਵ ਅਧਿਆਤਮਵਾਦ, ਇਹਨਾਂ ਦਾ ਧਰੂ ਤਰਾ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਇਹ ਇਹਨਾਂ ਦੀ ਪ੍ਰਮੁੱਖ ਪ੍ਰਵਿਰਤੀ ਮੰਨੀ ਜਾਊਗੀ। ਦੂਜਾ ਪੜਾਅ ਇਹਨਾਂ ਦੀ ਪ੍ਰਗਤੀਵਾਦੀ ਸੋਚ ਦਾ, ਜੋ ਪ੍ਰਗਤੀਵਾਦੀ ਲਹਿਰ ਕਾਰਨ ਇਹਨਾਂ ਦੀ ਕਵਿਤਾਵਾਂ ਦੇ ਵਿੱਚ ਸ਼ਾਮਿਲ ਹੋਈ। ਇਹਨਾਂ ਦੀ ਤਰਕਸ਼ੀਲਤਾ ਕਰਕੇ ਜਿਹੜਾ ਇਹਨਾਂ ਦਾ ਰਹੱਸਵਾਦ ਹੈ, ਨਵ ਰਹੱਸਵਾਦ ਹੈ, ਉਹ ਬੌਧਿਕ ਰਹੱਸਵਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿੱਛੇ ਵੀ ਗੱਲ ਕਰ ਚੁੱਕੇ ਹਾਂ ਕਿਉਂਕਿ ਇਹਨਾਂ ਨੇ ਗੁਰਬਾਣੀ ਦੀ ਜਿਹੜੀ ਵਿਆਖਿਆ ਕੀਤੀ ਹੈ ਉਹ ਬੌਧਿਕ ਰਹੱਸਮਈ ਢੰਗ ਨਾਲ ਕੀਤੀ ਹੈ। ਤਾਂ ਗੁਰਬਾਣੀ ਜਿੱਥੇ ਇੱਕ ਧਰਮ ਦਾ ਫਲਸਫਾ ਹੈ ਜਾਂ ਧਰਮ ਦਾ ਧਾਰਨੀ ਹੈ, ਗੁਰਬਾਣੀ ਦੇ ਵਿੱਚ ਧਾਰਮਿਕ ਗੱਲ ਹੁੰਦੀ ਹੈ, ਰਹੱਸਵਾਦ ਦੀ ਗੱਲ ਕਹਿ ਸਕਦੇ ਹਾਂ ਗੁਰਬਾਣੀ 'ਚ ਹੁੰਦੀ ਹੈ, ਅਧਿਆਤਮਵਾਦ ਗੁਰਬਾਣੀ 'ਚ ਹੁੰਦਾ, ਤਾਂ ਉਸ ਨੂੰ ਇਹਨਾਂ ਨੇ ਆਪਣੇ ਤਰੀਕੇ ਨਾਲ ਤਰਕਸ਼ੀਤ ਨਾਲ ਪੇਸ਼ ਕੀਤਾ, ਤਾਂ ਹੀ ਇਹਨਾਂ ਨੂੰ ਬੌਧਿਕ ਰਹੱਸਵਾਦੀ ਕਿਹਾ ਜਾਂਦਾ। ਦੂਜੇ ਪਾਸੇ ਇਹਨਾਂ ਨੇ ਪਿਆਰ ਨੂੰ, ਰੋਮਾਂਸ ਨੂੰ, ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਦਾ ਕੁਦਰਤ ਨਾਲ ਪਿਆਰ ਸੀ, ਉਸ ਰੋਮਾਂਟਿਕਤਾ ਨੂੰ ਵੀ ਰਹੱਸਮਈ ਢੰਗ ਨਾਲ ਹੀ ਬਿਆਨ ਕੀਤਾ। ਤਾਂ ਇਹਨਾਂ ਨੇ ਮੁੱਖ ਤੌਰ 'ਤੇ ਆਪਾਂ ਗੱਲ ਕਰ ਰਹੇ ਸੀ ਕਿ ਦੋ ਪੜਾਵਾਂ ਵਿੱਚੋਂ ਇਹ ਬੰਦਿਸ਼, ਮਤਲਬ ਥੋੜ੍ਹਾ ਜਿਹਾ ਕਨਫਿਊਜ਼ ਹੋ ਗਏ ਸੀ ਕਿ ਕਿਹਨੂੰ ਚੁਣਾ, ਇਸ ਕਰਕੇ ਇਹ ਇੱਕ ਨੂੰ ਨਹੀਂ ਚੁਣ ਪਾਏ, ਇਹਨਾਂ ਨੇ ਦੋਨਾਂ ਨੂੰ ਹੀ ਚੁਣਿਆ। ਮਤਲਬ ਇਹਨਾਂ ਦਾ ਪਹਿਲਾ ਪੜਾਅ ਜਿਹੜਾ ਹੈਗਾ ਉਹਦੇ ਵਿੱਚ ਤਾਂ ਪ੍ਰਗਤੀਵਾਦੀ ਸੁਰਤਾਰੂ ਹੈ, ਭਾਰੂ ਹੈਗੀ ਹੈ। ਦੂਜੇ ਪੜਾਅ ਵਿੱਚ, ਬਾਅਦ ਵਿੱਚ, ਮਗਰੋਂ ਇਹਨਾਂ ਦੇ ਅੰਦਰ ਨਵ ਰਹੱਸਵਾਦ ਦੀ ਜਿਹੜਾ ਹੈਗਾ ਉਹ ਰੂਪਮਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਅਗਰ ਪਹਿਲੇ ਪੜਾਅ ਦੀ ਗੱਲ ਕਰੀਏ ਇਹਨਾਂ ਦੇ, ਤਾਂ ਕਿਉਂਕਿ ਪ੍ਰਗਤੀਵਾਦੀ ਉੱਥੇ ਲਹਿਰ ਦੇ ਸੰਪਰਕ ਵਿੱਚ ਨੇ ਪਹਿਲੇ ਪੜਾਅ ਦੌਰਾਨ, ਇਹ ਤਾਂ ਉੱਥੇ ਪੂੰਜੀਵਾਦੀ ਨਿਜ਼ਾਮ ਨੂੰ ਤੋੜਨ ਦੀ ਗੱਲ ਆਖਦੇ ਨੇ। ਇਨਕਲਾਬ ਇਹਨਾਂ ਦੀ ਰਚਨਾਵਾਂ ਵਿੱਚੋਂ ਝਲਕਦਾ ਹੈ, ਕ੍ਰਾਂਤੀਕਾਰੀ ਸੁਰ ਇਹਨਾਂ ਦੀ ਕਵਿਤਾਵਾਂ ਵਿੱਚੋਂ ਝਲਕਦੀ ਹੈ। ਇਹ ਪਹਿਲੇ ਪੜਾਅ ਦੀ ਕਵਿਤਾ ਦੀ ਗੱਲ ਕਰ ਰਹੇ ਹਾਂ ਆਪਾਂ, ਇਹਨਾਂ ਦੀ ਪ੍ਰਗਤੀਵਾਦੀ ਜੋ ਹੈਗੀ ਹੈ, ਜਿਸ ਵਿੱਚੋਂ ਇੱਕ ਮੈਂ ਪ੍ਰਮੁੱਖ ਕਵਿਤਾ ਚੱਕਦਾ ਇਹਨਾਂ ਦੀ, ਕਿਸੇ ਦੇ ਖੂਨ ਵਿੱਚੋਂ। ਕਿਸੇ ਦੇ ਖੂਨ ਵਿੱਚੋਂ ਕਵਿਤਾ ਇਸ ਤਰ੍ਹਾਂ ਦੀ ਹੀ ਹੈ ਜੋ ਇਨਕਲਾਬੀ ਪ੍ਰਵਿਰਤੀ ਦੀ ਹੈ, ਕ੍ਰਾਂਤੀਕਾਰੀ ਸੂਰਜ 'ਚੋਂ ਬਾਹਰ ਨਿਕਲਦੀ ਹੈ। ਇਸ ਤਰ੍ਹਾਂ ਦਾ ਇੱਕ ਇਹਨਾਂ ਦਾ ਕਾਵਿ ਸੰਗ੍ਰਹਿ ਹੈ ਕੱਤਕ ਕੁੰਜਾਂ, ਜੋ ਕਿ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਤਾਂ ਇੱਕ ਤਰ੍ਹਾਂ ਇਹ ਪ੍ਰਗਤੀਵਾਦੀ ਪ੍ਰਗਤੀਸ਼ੀਲਤਾ ਦਾ ਧਾਰਨੀ ਕਾਵਿ ਸੰਗ੍ਰਹਿ ਹੈਗਾ। ਕੱਤਕ ਕੁੰਜਾਂ ਸੰਗ੍ਰਹਿ ਵਿੱਚੋਂ ਹੀ ਕੁਝ ਤੁਕਾਂ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਇਹਨਾਂ ਦੇ ਮਨ 'ਚ ਕ੍ਰਾਂਤੀ ਦੀ ਭਾਵਨਾ ਹੈ, ਇਨਕਲਾਬ ਦੀ ਭਾਵਨਾ ਹੈ ਇਹਨਾਂ ਦੇ ਅੰਦਰ। ਉਹ ਸਤਨਾਂ ਜਿਹੜੀਆਂ ਹੈਗੀਆਂ ਨੇ, ਟੁੱਟ ਜਾਵਣ ਕੈਦਾਂ ਹੱਦ ਬੰਦੀਆਂ, ਵੰਡ ਰਹੇ ਨਾ ਕਾਣੀ,
ਹਰ ਇੱਕ ਬੰਦਾ ਸ਼ਾਹ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ। ਇਹਨਾਂ ਸਤਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਪਹਿਲੇ ਪੜਾਅ ਦੇ ਦੌਰਾਨ ਸ਼ੁਰੂਆਤੀ ਦੌਰ ਵਿੱਚ ਪ੍ਰਗਤੀਵਾਦੀ ਲਹਿਰ ਦੇ ਸੰਪਰਕ ਵਿੱਚ ਸੀ। ਸਫੀਰ ਨੇ ਜਿੱਥੇ ਪੂੰਜੀਵਾਦੀ ਨਿਜ਼ਾਮ ਨੂੰ ਜਾਂ ਸਰਮਾਏਦਾਰੀ ਨੂੰ ਕਹਿ ਲਈਏ ਢਾਹ ਲਾਈ ਹੈ, ਭਾਵ ਉਹਦੇ ਉੱਪਰ ਚੋਟ ਕਸੀ ਹੈ, ਵਿਅੰਗ ਕਸੇ ਹੈ, ਪੁਰਾਤਨ ਰਸਮਾਂ ਉੱਪਰ ਵਿਅੰਗ ਕਸੇ ਹੈ, ਤਾਂ ਇਹਨਾਂ ਨੇ ਹੁਣ ਕਿਉਂਕਿ ਪੁਰਾਤਨ ਰਸਮਾਂ ਉੱਤੇ ਵਿਅੰਗ ਕਸਿਆ ਤਾਂ ਸਪਸ਼ਟ ਹੈ ਕਿ ਇਹਨਾਂ ਨੇ ਵਿਆਹ ਵਰਗੀ ਸੰਸਥਾ ਨੂੰ ਯਾਨੀ ਕਿ ਵਿਆਹ ਦੀ ਸੁਤੰਤਰਤਾ ਉੱਪਰ ਜਿਹੜਾ ਬੰਧਨ ਲਾਇਆ ਹੋਇਆ ਸੀ ਕਿ ਸੁਤੰਤਰ ਰਹਿ ਕੇ ਵਿਆਹ ਨਹੀਂ ਕਰਵਾ ਸਕਦਾ ਕੋਈ, ਉਹਦੇ ਉੱਪਰ ਜੋ ਇਹ ਬੰਧਨ ਲੱਗਿਆ ਹੋਇਆ ਉਸ ਨੂੰ ਵੀ ਇਹਨਾਂ ਨੇ ਉਹਦੇ ਉੱਪਰ ਵੀ ਵਿਅੰਗ ਕਸਿਆ ਹੈ। ਮੰਨੂ ਦੇ ਪੈਰੂਕਾਰ ਨਾਮ ਦੀ ਇੱਕ ਕਵਿਤਾ ਮਿਲਦੀ ਹੈ ਜਿਹਨਾਂ ਵਿੱਚ ਉਹਨਾਂ ਨੇ ਇਸ ਤਰ੍ਹਾਂ ਸੰਸਥਾ ਉੱਪਰ ਕਿਸੇ ਵਿਅੰਗ ਕਸਿਆ, ਜਿਸ ਤਰ੍ਹਾਂ ਇਹ ਧਰਮਾਂ ਵਾਲੇ ਆਪਣੇ ਧੀਆਂ ਪੁੱਤਰਾਂ ਦੀ ਸਰਪ੍ਰਸਤੀ ਕਰਦੇ ਨੇ, ਆਤਮਾ ਦੇ ਮਾਮਲੇ ਵਿੱਚ ਵੀ ਖੂਨ ਨੇ ਇਹ ਰੱਬ ਦੇ ਉਪਾਸਕ ਜੋ ਬੇਸਮਝ ਬੁੱਤਾਂ ਉੱਤੇ ਵੀ ਛਿੜਕ ਕੇ ਸਮਾਜ ਦੀਆਂ ਰਸਮਾਂ ਦਾ ਕੇਸਰ ਆਪਣੇ ਵੱਲੋਂ ਇਸ਼ਕ ਲਭਾ ਦਿੰਦੇ ਨੇ। ਮੰਨੂ ਦੇ ਪੈਰੋਕਾਰ ਨਾਮਕ ਕਵਿਤਾ ਦੇ ਵਿੱਚ ਕਾਵਿ ਸੰਗ੍ਰਹਿ ਵਿੱਚੋਂ ਇਹ ਜਾਂ ਕਵਿਤਾ ਵਿੱਚੋਂ ਇਹ ਸਤਰਾਂ ਹੈਗੀਆਂ ਨੇ ਜੋ ਇੱਕ ਤਰ੍ਹਾਂ ਦੇ ਕਿਸੇ ਸੰਸਥਾ ਕਿਸੇ ਨਿਜ਼ਾਮ ਦੇ ਪ੍ਰਤੀ ਵਿਅੰਗ ਕੱਸਦੇ ਨੇ। ਯਾਨੀ ਕਿ ਪੁਰਾਤਨ ਰਸਮਾਂ ਦੇ ਇੱਕ ਤਰ੍ਹਾਂ ਦੇ ਇਹ ਵਿਰੋਧੀ ਨੇ, ਸਰਮਾਏਦਾਰੀ ਦੇ ਵਿਰੋਧੀ ਨੇ, ਪੂੰਜੀਵਾਦੀ ਨਿਜ਼ਾਮ ਦੇ ਵਿਰੋਧੀ ਨੇ, ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਹੁਣ ਆਪਾਂ ਪਹਿਲੇ ਪੜਾਅ ਦੀ ਹੀ ਗੱਲ ਕਰ ਰਹੇ ਹਾਂ ਕਿ ਕ੍ਰਾਂਤੀ ਦੀ ਗੱਲ ਕਰਦੇ ਨੇ, ਇਨਕਲਾਬ ਦੀ ਗੱਲ ਕਰਦੇ ਨੇ, ਪ੍ਰਗਤੀਵਾਦੀ ਲਹਿਰ ਦੇ ਸੰਪਰਕ ਵਿੱਚ ਨੇ ਪਹਿਲੇ ਪੜਾਅ ਦੇ ਦੌਰਾਨ, ਤਾਂ ਇਹ ਕ੍ਰਾਂਤੀ ਜਿਹੜੀ ਕਹਿੰਦੇ ਨੇ ਲਿਆਉਣੀ ਹੈ, ਜਿਹੜਾ ਇਨਕਲਾਬ ਆਉਣਾ ਉਹਦੀ ਪ੍ਰੇਰਨਾ ਦੇਣ ਵਾਲੀ ਕੋਈ ਸ਼ਕਤੀ ਹੈ, ਉਹ ਪ੍ਰੇਰਨਾ ਕਿੱਥੋਂ ਮਿਲਣੀ ਹੈ, ਤਾਂ ਉਹ ਪ੍ਰੇਰਨਾ ਧਰਮ ਤੋਂ ਮਿਲਣੀ ਹੈ। ਦੇਖੋ ਉਹੀ ਗੱਲ ਆ ਗਈ, ਪਹਿਲੇ ਪੜਾਅ ਦੌਰਾਨ ਵੀ ਇਹ ਜਦੋਂ ਇਹ ਕ੍ਰਾਂਤੀ ਲਿਆਉਂਦੀ ਗੱਲ ਤਾਂ ਧਰਮ ਨੂੰ ਨਹੀਂ ਛੱਡ ਰਹੇ ਹੈਗੇ, ਯਾਨੀ ਕਿ ਦੂਜੇ ਪੱਖ ਨੂੰ ਵੀ ਇਹ ਨਾਲ ਰੱਖਣਾ ਚਾਹੁੰਦੇ ਨੇ, ਤਾਂ ਹੀ ਹੌਲੀ ਹੌਲੀ ਪਹਿਲੇ ਪੜਾਅ 'ਚੋਂ ਨਿਕਲ ਕੇ ਬਾਅਦ ਵਿੱਚ ਦੂਜੇ ਪੜਾਅ ਦੀਆਂ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਜਾਂ ਕਾਵਿ ਸੰਗ੍ਰਹਿ ਨੇ ਉਹਨਾਂ ਵਿੱਚ ਨਵਰਹੱਸਵਾਦ ਭਾਰੂ ਹੋਣ ਲੱਗ ਜਾਂਦਾ ਹੈ ਸ਼ੁਰੂਆਤੀ ਦੌਰ ਤੋਂ ਬਾਅਦ। ਤਾਂ ਕ੍ਰਾਂਤੀ ਦੀ ਪ੍ਰੇਰਕ ਸ਼ਕਤੀ ਇਹ ਜਿਹੜੀ ਕ੍ਰਾਂਤੀ ਆ ਉਹਦੀ ਪ੍ਰੇਰਨਾ ਕਿੱਥੋਂ ਮਿਲਣੀ ਹੈ, ਧਰਮ ਤੋਂ ਮਿਲਣੀ ਹੈ, ਇਹਨਾਂ ਦਾ ਇਹ ਮੰਨਣਾ ਹੈ। ਸਹਿਜ ਅਵਸਥਾ ਦੇ ਕਵੀ ਨੇ ਇਹ, ਸਹਿਜ ਅਵਸਥਾ, ਸਹਿਜ ਬਿਲਕੁਲ ਆਰਾਮ ਨਾਲ ਆਪਣੀ ਗੱਲ ਨੂੰ ਵਿਚਾਰ ਕੇ ਆਪਣੀ ਗੱਲ ਦੀ ਪੇਸ਼ਕਾਰੀ ਕਰਨੀ, ਖਿਆਲ ਉਡਾਰੀਆਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆਂ ਬਹੁਤ ਤਿੱਖਣ ਨੇ, ਮੱਧ ਵਰਗੀ ਲੋਕਾਂ ਉੱਤੇ ਵੀ ਵਿਅੰਗ ਕੱਸਦੇ ਨੇ ਜੋ ਸਥਿਤੀ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਲੈਂਦੇ ਨੇ, ਐਂ ਕਹਿ ਲਓ ਕਿ ਸੈਲਫਿਸ਼ ਭਾਵਨਾ ਉਹਨਾਂ ਜਿਹਨਾਂ ਅੰਦਰ ਪੈਦਾ ਹੋ ਜਾਂਦੀ ਹੈ ਮੱਧ ਵਰਗੀ ਲੋਕਾਂ ਉੱਤੇ, ਉਹਨਾਂ ਉੱਤੇ ਵਿਅੰਗ ਕੱਸਿਆ ਹੋਇਆ ਹੈ। ਉਸਦੀ ਵੀ ਆਪਾਂ ਇੱਕ ਕਵਿਤਾ ਜਿਹੜੀ 51 ਵਿੱਚ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਬਦਲ ਦੇਣ ਨੂੰ ਜਾਣੇ ਇਹ ਕੋਈ ਇੱਕ ਭਿਅੰਕਰ ਕਾਰਾ, ਉੱਦਮ ਨੂੰ ਜੋ ਗੜਬੜ ਜਾਣੇ ਉਸ ਦੁਨੀਆਂ ਦਾ ਕੌਣ ਕਰੇ ਛੁਟਕਾਰਾ। ਤਾਂ ਮੱਧ ਵਰਗੀ ਲੋਕਾਂ ਉੱਤੇ ਵੀ ਇਹਨਾਂ ਨੇ ਵਿਅੰਗ ਕੱਸਿਆ ਹੈ ਜੋ ਯਥਾਸਥਿਤੀਵਾਦ ਦਾ ਸਮਰਥਨ ਕਰਦੇ ਨੇ, ਭਾਵ ਜੋ ਸਥਿਤੀ ਚੱਲ ਰਹੀ ਹੈ ਉਸਦਾ ਸਮਰਥਨ ਕਰਦੇ ਨੇ, ਸਮਾਜ ਨੂੰ ਬਦਲਣ ਦੀ ਚੇਸ਼ਟਾ ਜੋ ਨਹੀਂ ਰੱਖਦੇ, ਤਾਂ ਉਸ ਵਿਰੁੱਧ ਵੀ ਇਹਨਾਂ ਨੇ ਉਸ ਤਰ੍ਹਾਂ ਦੇ ਮੱਧ ਵਰਗੀ ਲੋਕਾਂ ਉੱਤੇ ਵਿਅੰਗ ਕੱਸਿਆ ਹੈ। ਅਗਰ ਆਪਾਂ ਇਹਨਾਂ ਦੇ ਸੁਨਹਿਰੀ ਸਮੇਂ ਦੀ ਗੱਲ ਕਰੀਏ ਤਾਂ 1947 ਤੋਂ ਪਹਿਲਾਂ ਹੀ ਇਹ ਸਿਖਰਾਂ ਨੂੰ ਛੂਹ ਚੁੱਕੇ ਸੀ। 1947 ਤੋਂ ਪਹਿਲਾਂ ਹੀ ਇਹਨਾਂ ਦੀ ਕਵਿਤਾ ਜਿਹੜੀ ਹੈਗੀ ਹੈ ਸਿਖਰਾਂ ਨੂੰ ਛੂਹ ਚੁੱਕੀ ਸੀ।
ਪਰੰਤੂ 1947 ਤੋਂ ਮਗਰੋਂ ਤਾਂ ਉਹ ਹੋਰ ਤਿੱਖਣ ਹੋ ਗਈ। ਖਾਸ ਤੌਰ ਤੇ ਆਦ ਜੁਗਾਦ ਕਾਵਿ ਸੰਗ੍ਰਹਿ ਜਿਹੜਾ ਇਹਨਾਂ ਦਾ ਪੰਜਵਾਂ ਹੈਗਾ, ਉਹਦੇ ਵਿੱਚ ਹੋਰ ਪ੍ਰੋੜਤਾ ਆ ਗਈ, ਹੋਰ ਤਜਰਬਾ ਝਲਕਣ ਲੱਗ ਪਿਆ। ਜਿਵੇਂ ਜਿਵੇਂ ਇਨਸਾਨ ਲਿਖਦਾ ਜਾਂਦਾ, ਕੋਈ ਕਾਰਜ ਕਰਦਾ ਜਾਂਦਾ, ਤਾਂ ਉਹਦੇ ਵਿੱਚ ਹੋਰ ਪ੍ਰੋੜਤਾ ਆਉਂਦੀ ਜਾਂਦੀ ਹੈ। ਤਾਂ ਇਹਨਾਂ ਦੇ ਅੰਦਰ ਵੀ ਆਦ ਜੁਗਾਦ ਕਾਵਿ ਸੰਗ੍ਰਹਿ ਤੋਂ ਇੱਕ ਨਵੀਂ ਪ੍ਰੋੜਤਾ ਇਹਨਾਂ ਨੇ ਧਾਰਨ ਕਰੀ। ਤਾਂ ਇਸ ਸੰਗ੍ਰਹਿ ਵਿੱਚ ਵੀ, ਆਦ ਜੁਗਾਦ ਵਿੱਚ ਵੀ ਇਹਨਾਂ ਦਾ ਅਧਿਆਤਮਕ ਰਹੱਸਵਾਦ ਵੀ ਝਲਕਦਾ, ਕ੍ਰਾਂਤੀਕਾਰੀ ਵਿਚਾਰਧਾਰਾ ਵੀ ਝਲਕਦੀ ਹੈ, ਤਾਂ ਕੁਝ ਕੁ ਪਿਆਰ ਪ੍ਰਤੀ ਵਿਅੰਗਾਤਮਕ ਪ੍ਰਵਿਰਤੀਆਂ ਵੀ ਮੌਜੂਦ ਨੇ। ਜਿਵੇਂ ਮੈਂ ਪਿਛਲੇ ਲੈਕਚਰਾਂ 'ਚ ਵੀ ਦੱਸਿਆ ਕਿ ਕੋਈ ਵੀ ਇੱਕ ਵਿਅਕਤੀ ਜਾਂ ਇੱਕ ਲੇਖਕ, ਇੱਕ ਕਵੀ ਕਿਸੇ ਇੱਕ ਪ੍ਰਵਿਰਤੀ ਦਾ ਧਾਰਨ ਨਹੀਂ ਹੁੰਦਾ। ਹਾਂ, ਇੱਕ ਪ੍ਰਵਿਰਤੀ ਉਹਦੇ ਉੱਤੇ ਭਾਰੂ ਜ਼ਰੂਰ ਹੁੰਦੀ ਹੈ ਜੋ ਉਸਦੀ ਪ੍ਰਮੁੱਖ ਪ੍ਰਵਿਰਤੀ ਬਣ ਜਾਂਦੀ ਹੈ। ਜਿਸ ਤਰ੍ਹਾਂ ਹੁਣ ਪ੍ਰੀਤਮ ਸਿੰਘ ਸਫੀਰ ਦੀ ਪ੍ਰਮੁੱਖ ਪ੍ਰਵਿਰਤੀ ਅਗਰ ਦਾ ਜ਼ਿਕਰ ਕਰਾਂਗੇ ਇਗਜ਼ਾਮ ਦੇ ਪੁਆਇੰਟ ਆਫ ਵਿਊ, ਤਾਂ ਇਹਨਾਂ ਦਾ ਨਵ ਰਹੱਸਵਾਦ ਜਾਂ ਬੋਧਿਕ ਰਹੱਸਵਾਦ ਹੀ ਰਹੂ। ਪਰ ਇਹਨਾਂ ਦੇ ਵਿੱਚ ਕਿਉਂਕਿ ਰੋਮਾਂਸ ਦੀ ਗੱਲ ਵੀ ਆਪਾਂ ਕੀਤੀ ਹੈ, ਪਿਆਰ ਨੂੰ ਵੀ ਇਹ ਰਹੱਸ ਦੇ ਵਿੱਚ ਢਾਲ ਕੇ ਪੇਸ਼ ਕਰਦੇ ਨੇ, ਤਾਂ ਥੋੜ੍ਹਾ ਜਿਹਾ ਰੋਮਾਂਟਿਕ ਵੀ ਇਹ ਹੈਗੇ ਨੇ। ਤੀਜੀ ਮੇਨ ਗੱਲ ਜਿਹੜੀ ਹੈਗੀ ਹੈ, ਅਤੇ ਨਾਲ ਨਾਲ ਇਹ ਪ੍ਰਗਤੀਵਾਦੀ ਵੀ ਹੈਗੇ ਨੇ, ਯਾਨੀ ਕਿ ਇਹਨਾਂ ਦੇ ਇੱਕ ਤਰ੍ਹਾਂ ਦੇ ਦੋ ਨਹੀਂ ਤਿੰਨ ਪੜਾਅ ਵੀ ਆਪਾਂ ਬੰਨ ਸਕਦੇ ਹਾਂ, ਬੱਝ ਸਕਦੇ ਹਾਂ। ਪ੍ਰਗਤੀਵਾਦੀ, ਨਵਰਹੱਸਵਾਦੀ ਅਤੇ ਕੁਝ ਕੁ ਹੱਦ ਤੱਕ ਰੋਮਾਂਸਵਾਦੀ ਪ੍ਰਵਿਰਤੀਆਂ ਸਾਰੀਆਂ ਇਹਨਾਂ ਦੇ ਵਿੱਚ ਹਾਜ਼ਰ ਨੇ। ਪਰ ਪ੍ਰਮੁੱਖ ਉਹੀ ਗੱਲ ਹੈ ਕਿ ਨਵ ਅਧਿਆਤਮਕਵਾਦ ਜਾਂ ਨਵਰਹੱਸਵਾਦੀ ਦਾ ਮੰਡਲ ਦਾ ਧਰੂ ਤਾਰਾ ਇਹਨਾਂ ਨੂੰ ਕਿਹਾ ਜਾਣ ਲੱਗ ਪਿਆ, ਕਿਉਂਕਿ ਜ਼ਿਆਦਾਤਰ ਇਹਨਾਂ ਉੱਤੇ ਇਹ ਵਾਲੀ ਪ੍ਰਵਿਰਤੀ ਭਾਰੂ ਸੀ। ਹੁਣ ਇੱਕ ਤਰ੍ਹਾਂ ਇਹਨਾਂ ਨੇ ਪੁਰਾਣੀ ਸ਼ਰਾਬ ਨੂੰ ਨਵੀਂ ਬੋਤਲ 'ਚ ਬੰਦ ਕਰਨ ਦਾ ਯਤਨ ਕੀਤਾ। ਆਪਣੇ ਤਿੱਖਣ ਅਨੁਭਵ ਸਦਕਾ ਇਹਨਾਂ ਨੇ ਕ੍ਰਾਂਤੀਕਾਰੀ ਵਿਸ਼ਿਆਂ ਨੂੰ ਚੁਣਿਆ, ਆਪਣੇ ਦੇਸ਼ ਲਈ, ਸਮਾਜ ਲਈ, ਅਤੇ ਉਹਨਾਂ ਵਿਸ਼ਿਆਂ ਨੂੰ ਆਪਣੀ ਰਚਨਾਵਾਂ ਵਿੱਚ ਵਿਅਕਤ ਕੀਤਾ। ਆਦ ਜੁਗਾਦ ਕਾਵਿ ਸੰਗ੍ਰਹਿ ਦੀ ਜਿਹੜਾ ਇਹਨਾਂ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ 1947 ਤੋਂ ਮਗਰੋਂ, ਇੱਕ ਤਰ੍ਹਾਂ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ। 1947 ਤੋਂ ਮਗਰੋਂ ਦੀ ਗੱਲ ਕਰ ਲਈਏ ਜੇ, ਤਾਂ ਇਹ ਪਹਿਲਾ ਕਾਵਿ ਸੰਗ੍ਰਹਿ ਹੈ ਜੋ 1958 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਵੈਸੇ ਇਹ ਇਹਨਾਂ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ। ਤਾਂ ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਜਿਨ੍ਹਾਂ ਵਿੱਚ ਇਨਕਲਾਬ, ਕ੍ਰਾਂਤੀਕਾਰੀ ਵਿਸ਼ਿਆਂ ਨੂੰ ਬਹੁਤ ਹੀ ਤਿੱਖਣ ਪ੍ਰਭਾਵ ਨਾਲ ਪੇਸ਼ ਕੀਤਾ ਗਿਆ ਹੈ, ਉਹਨਾਂ ਵਿੱਚੋਂ ਨੀਲ, ਹੀਰੋਸ਼ੀਮਾ ਨਾਗਾਸਾਕੀ, ਆਪਣੀ ਮੁਖਾਲਫਤ, ਇਹ ਤਿੰਨ ਕਵਿਤਾਵਾਂ ਐਵੇਂ ਦੀਆਂ ਹੋਈਆਂ ਨੇ ਜਿਹਦੇ ਵਿੱਚ ਆਦ ਜੁਗਾਦ ਕਾਵਿ ਸੰਗ੍ਰਹਿ ਦੇ ਅੰਤਰਗਤ ਨੀਲ, ਹੀਰੋਸ਼ੀਮਾ ਨਾਗਾਸਾਕੀ, ਆਪਣੀ ਮੁਖਾਲਫਤ, ਜਿਹਦੇ ਵਿੱਚ ਕ੍ਰਾਂਤੀਕਾਰੀ ਵਿਸ਼ਿਆਂ ਨੂੰ ਰੂਪਮਾਨ ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਕੀਤਾ। ਹੁਣ ਪ੍ਰੀਤਮ ਸਿੰਘ ਸਫੀਰ ਇੱਕ ਅਧਿਆਤਮਕ ਰੰਗਤ ਵਾਲੇ ਕਵੀ ਨੇ, ਇਹ ਕਿੱਥੋਂ ਪਤਾ ਚੱਲਦਾ? ਇਹ ਪਤਾ ਚੱਲਣਾ ਜਿਹੜਾ ਵੱਖ ਭਾਰੂ ਹੋਣਾ ਸ਼ੁਰੂ ਹੁੰਦਾ ਮੁੱਖ ਤੌਰ 'ਤੇ, ਵੈਸੇ ਤਾਂ ਆਦ ਜੁਗਾਦ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਰਵ ਕਲਾ ਤੋਂ ਇਹ ਇਹਨਾਂ ਦੇ ਸੰਗ੍ਰਹਿ ਸਰਵ ਕਲਾ ਤੋਂ ਜੋ ਕਿ 1966 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ, ਉਹ ਤੋਂ ਪ੍ਰਮੁੱਖ ਤੌਰ 'ਤੇ ਪਤਾ ਚੱਲਦਾ ਕਿ ਇਹਨਾਂ ਵਿੱਚ ਅਧਿਆਤਮਕ ਰੰਗਤ ਵਿੱਚ ਰੰਗਿਆ ਹੋਇਆ ਇੱਕ ਕਵੀ ਇਹ ਹੈਗਾ। ਜੇਕਰ ਇਸ ਸੰਗ੍ਰਹਿ ਦੀਆਂ, ਸਰਵ ਕਲਾ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਦੀ ਗੱਲ ਕਰੀਏ, ਅੰਮ੍ਰਿਤ ਬੂੰਦ, ਅੱਧਾ ਗੁਨਾਹ, ਵਿਸਮਾਦ ਪਲ, ਅੱਜ ਮੁਲਾਕਾਤ ਰਹੀ, ਰਾਤ ਮੇਰੇ ਦਰਵਾਜ਼ਿਆਂ ਉੱਤੇ, ਕੱਖਾਂ ਦੀ ਕੁੱਲੀ, ਇਹ ਕੁਝ ਕਵਿਤਾਵਾਂ ਨੇ ਜੋ ਇਹਨਾਂ ਦੇ ਸਰਵ ਕਲਾ ਕਾਵਿ ਸੰਗ੍ਰਹਿ ਵਿੱਚ ਦਰਜ ਨੇ। ਕੁਝ ਕਵਿਤਾਵਾਂ ਇਹਨਾਂ ਨੇ ਕਿਉਂਕਿ ਧਾਰਮਿਕ ਰਹੇ ਨੇ, ਧਰਮ ਨੂੰ ਅਪਣਾਇਆ, ਅਧਿਆਤਮਵਾਦ ਨੂੰ ਅਪਣਾਇਆ, ਪਿੱਛੇ ਗੁਰਬਾਣੀ ਦੀ ਆਪਾਂ ਜ਼ਿਕਰ ਕੀਤਾ ਕਿ ਗੁਰਬਾਣੀ ਨੂੰ ਜਿਹੜੀ ਉਹਦੀ ਵਿਆਖਿਆ ਕੀਤੀ ਹੈ ਇੱਕ ਬੋਧਿਕ ਰਹੱਸ ਢੰਗ ਨਾਲ ਕੀਤੀ ਹੈ, ਆਪਣੀ ਬੁੱਧੀ ਨੂੰ ਵਰਤਦੇ ਹੋਏ, ਤਰਕ ਨੂੰ ਆਧਾਰ ਬਣਾ ਕੇ
ਰਸਮਈ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਤਾਂ ਗੁਰਬਾਣੀ ਨੂੰ ਜਿਹੜਾ ਬੰਦਾ ਅਪਣਾ ਰਿਹਾ ਹੈ ਸ਼ੁਰੂ ਤੋਂ ਹੀ ਤਾਂ ਉਹ ਧਾਰਮਿਕ ਇੱਕ ਬਿਰਤੀ ਵਾਲਾ ਬੰਦਾ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ। ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨਾਲ ਸੰਬੰਧਿਤ ਕਵਿਤਾਵਾਂ ਵੀ ਇਹਨਾਂ ਨੇ ਲਿਖੀਆਂ ਨੇ ਜਿਸ ਤੋਂ ਇਹਨਾਂ ਦੀ ਸ਼ਰਧਾ ਉਜਾਗਰ ਹੁੰਦੀ ਹੈ। ਇਸ ਤਰ੍ਹਾਂ ਪ੍ਰੀਤਮ ਸਿੰਘ ਸਫੀਰ ਜਿਹੜੇ ਹੈਗੇ ਨੇ ਨਵਰਹੱਸਵਾਦੀ ਮੰਡਲ ਦਾ ਧਰੂ ਤਾਰਾ, ਇਹ ਤੁਸੀਂ ਪ੍ਰਮੁੱਖ ਤੌਰ 'ਤੇ ਯਾਦ ਰੱਖਣਾ ਹੈ। ਇਹਨਾਂ ਦੀਆਂ ਹੁਣ ਪੁਸਤਕਾਂ ਤੋਂ ਬਾਅਦ ਪੁਸਤਕਾਂ ਦੀਆਂ ਕੁਝ ਕਵਿਤਾਵਾਂ ਦਾ ਜ਼ਿਕਰ ਕਰਨ ਤੋਂ ਬਾਅਦ, ਸਨਮਾਨਾਂ ਦਾ ਜ਼ਿਕਰ ਕਰਨ ਤੋਂ ਬਾਅਦ, ਜੀਵਨ ਦਾ ਜ਼ਿਕਰ ਕਰਨ ਤੋਂ ਬਾਅਦ, ਕੁਝ ਇਹਨਾਂ ਦੀਆਂ ਦੋ ਤਿੰਨ ਕਵਿਤਾਵਾਂ ਐਵੇਂ ਦੀਆਂ ਨੇ ਜੋ ਬਹੁਤ ਮਹੱਤਵਪੂਰਨ ਨੇ, ਜਿਸ ਤਰ੍ਹਾਂ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬਾਂ ਵਿੱਚ ਵੀ ਮਿਲਦੀਆਂ ਨੇ। ਦੋ ਪਿੱਪਲ ਦੇ ਪੱਤੇ ਨਾਮਕ ਇਹਨਾਂ ਦੀ ਇੱਕ ਕਵਿਤਾ, ਦੋ ਪਿੱਪਲ ਦੇ ਪੱਤੇ, ਇਹਦੇ ਵਿੱਚ ਜਿਹੜਾ ਪਿੱਪਲ ਹੈ ਉਹ ਭਾਰਤ ਨੂੰ ਕਿਹਾ ਗਿਆ ਅਤੇ ਜਿਹੜੇ ਦੋ ਪੱਤੇ ਨੇ ਉਹ ਹਿੰਦੂ ਅਤੇ ਮੁਸਲਮਾਨ ਨੇ। ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਦੋ ਪਿੱਪਲ ਦੇ ਪੱਤੇ ਨਾਮ ਦੀ ਇਹਨਾਂ ਦੀ ਇੱਕ ਕਵਿਤਾ ਹੈ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਵਿੱਚ 9ਵੀਂ ਕਲਾਸ ਦੀ ਜਮਾਤ ਵਿੱਚ ਲੱਗੀ ਹੋਈ ਹੈ, ਜਿਸ ਵਿੱਚ ਪਿੱਪਲ ਭਾਰਤ ਨੂੰ ਕਿਹਾ ਗਿਆ ਹੈ ਅਤੇ ਪੱਤੇ ਦੋ ਪੱਤਿਆਂ ਵਿੱਚੋਂ ਇੱਕ ਪੱਤਾ ਹਿੰਦੂ ਅਤੇ ਇੱਕ ਪੱਤਾ ਮੁਸਲਿਮ ਦੀ ਗੱਲ ਹੋਈ ਹੈ। ਇਸੇ ਤਰ੍ਹਾਂ ਇਹਨਾਂ ਦੀ ਇੱਕ ਕਵਿਤਾ ਹੋਰ 9ਵੀਂ ਕਲਾਸ 'ਚ ਦਰਜ ਹੈ, ਇੱਕ ਮਿੱਟੀ ਦੀ ਮੁੱਠੀ। ਇਹਨਾਂ ਦਾ ਮੰਨਣਾ ਸੀ ਕਿ ਜਿਹੜਾ ਮਨੁੱਖ ਹੈ ਉਹ ਇੱਕ ਮਿੱਟੀ ਦੀ ਮੁੱਠੀ ਦੀ ਤਰ੍ਹਾਂ ਹੈ, ਜਿਹਨੂੰ ਜਦੋਂ ਜਲਾ ਦਿੱਤਾ, ਜਿਹਦਾ ਜਦੋਂ ਹੋਂਦ ਖਤਮ ਹੋ ਗਈ, ਉਹਨੇ ਮੁੜ ਕੇ ਨਹੀਂ ਸੰਸਾਰ 'ਤੇ ਆਉਣਾ, ਮਤਲਬ ਉਹਦੀ ਹੋਂਦ ਖਤਮ ਹੋਣੀ ਹੀ ਹੋਣੀ ਹੈ। ਜਿਸ ਤਰ੍ਹਾਂ ਮਿੱਟੀ ਵਿੱਚ ਮੁੱਠੀ ਭਰ ਲਈਏ, ਬਾਅਦ 'ਚ ਕਿਰਦੀ ਜਾਂਦੀ ਹੈ, ਐਂਡ 'ਚ ਹੱਥ ਖਾਲੀ ਰਹਿ ਜਾਂਦਾ, ਤਾਂ ਉਸ ਤਰ੍ਹਾਂ ਇਨਸਾਨ ਚਲੇ ਜਾਣਾ ਇੱਥੋਂ, ਉਹਦੀ ਹੋਂਦ ਖਤਮ ਹੋ ਜਾਣੀ ਹੈ। ਤਾਂ ਇਨਸਾਨ ਨੂੰ ਮਿੱਟੀ ਦੀ ਮੁੱਠੀ ਦੀ ਨਿਆਈ ਇਹਨਾਂ ਨੇ ਇਸ ਕਵਿਤਾ ਵਿੱਚ ਪੇਸ਼ ਕੀਤਾ। ਤਾਂ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੈਕਚਰ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਊਗਾ। ਜਾਂਦੇ ਜਾਂਦੇ ਮੈਂ ਇਹਨਾਂ ਦੀਆਂ ਕੁਝ ਅੰਗਰੇਜ਼ੀ ਰਚਨਾਵਾਂ ਦਾ ਵੀ ਜ਼ਿਕਰ ਕਰਦਾ ਜਾਂਦਾ। ਬੇਸ਼ੱਕ ਉਹ ਪੇਪਰ ਪੁਆਇੰਟ ਆਫ ਵਿਊ ਨਾਲ ਇੰਨੀਆਂ ਇੰਪੋਰਟੈਂਟ ਨਹੀਂ ਹਨ, ਪਰ ਤੁਹਾਡੀ ਜਾਣਕਾਰੀ ਵਿੱਚ ਉਹ ਵਾਧਾ ਕਰਨਗੀਆਂ। ਜਿਵੇਂ ਕਿ ਪਹਿਲੀ ਇਹਨਾਂ ਦੀ ਇੰਗਲਿਸ਼ 'ਚ ਰਚਨਾ ਹੈਗੀ ਹੈ, ਦ ਹੋਲੀ ਮਾਸਟਰਸ ਐਂਡ ਦੀਅਰ ਕਮਾਂਡਮੈਂਟਸ, 1980 ਵਿੱਚ ਪ੍ਰਕਾਸ਼ਿਤ ਹੋਈ। ਇਸੇ ਤਰ੍ਹਾਂ ਇਹਨਾਂ ਦੀ ਸੈਕਿੰਡ ਜੋ ਮਿਲਦੀ ਹੈ ਇੰਗਲਿਸ਼ ਦੇ ਵਿੱਚ, ਦ ਟੈਂਥ ਮਾਸਟਰ, 1983 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਜਿਹੜੀ ਤੀਸਰੀ ਬੁੱਕ ਇਹਨਾਂ ਦੀ ਇੰਗਲਿਸ਼ 'ਚ ਮਿਲਦੀ ਹੈ, ਅ ਸਟੱਡੀ ਆਫ ਭਾਈ ਵੀਰ ਸਿੰਘ ਪੋਇਟਰੀ, ਅ ਸਟੱਡੀ ਆਫ ਭਾਈ ਵੀਰ ਸਿੰਘ ਪੋਇਟਰੀ, 1985 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਤਾਂ ਇਸ ਤਰ੍ਹਾਂ ਇਹ ਸੀ ਅੱਜ ਭਾਈ ਅੱਜ ਪ੍ਰੀਤਮ ਸਿੰਘ ਸਫੀਰ ਉੱਤੇ, ਜੋ ਕਿ ਸਾਡੇ ਦੂਜੇ ਦੌਰ ਦੇ ਇੱਕ ਮਹੱਤਵਪੂਰਨ ਕਵੀ ਨੇ। ਤਾਂ ਅੱਜ ਲਈ ਇੰਨਾ ਹੀ, ਮੈਨੂੰ ਦਿਓ ਇਜਾਜ਼ਤ। ਜਾਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਾਂਗਾ, ਜੋ ਇਹ ਤੁਹਾਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਜੋ ਲੈਕਚਰ ਪ੍ਰੋਵਾਈਡ ਕੀਤੇ ਜਾ ਰਹੇ ਨੇ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨ ਤੋਂ ਗੁਰੇਜ਼ ਨਾ ਕਰੋ। ਗਿਆਨ ਵੰਡਣ ਨਾਲ ਹੀ ਵੱਧਦਾ ਹੈ। ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਾਡੇ ਨਾਲ ਜੋੜੋ। ਬਥੇਰੇ ਵਿਦਿਆਰਥੀ ਨੇ ਜੋ ਵੱਖ ਵੱਖ ਇੰਸਟੀਚਿਊਟਸ ਦੀਆਂ ਮੋਟੀਆਂ ਮੋਟੀਆਂ ਫੀਸਾਂ ਨਹੀਂ ਭਰ ਸਕਦੇ, ਤਾਂ ਉਹਨਾਂ ਦਾ ਕਿਸ ਦਾ ਭਲਾ ਹੋ ਜਾਏਗਾ। ਕਰ ਭਲਾ ਹੋ ਭਲਾ, ਇਹ ਕਹਿੰਦੇ ਹੋਏ ਮੈਨੂੰ ਇਜਾਜ਼ਤ ਦਿਓ ਜੀ। ਧੰਨਵਾਦ।